ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ। ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਨੂੰ ਵੱਡੀ ਸੌਗਾਤ, ਖੋਲਿਆ ਗਿਆ ਪੰਜਾਬ ਸਹਾਇਤਾ ਕੇਂਦਰ। ਸੰਤ ਬਹਾਦਰ ਚੰਦ ਵਕੀਲ ਸਾਹਿਬ ਦੀਆਂ ਜਨਤੀ ਮਰਦਾਸ ਤੇ ਭੋਗ, ਪੁਲਿਸ ਤੇ ਪ੍ਰਸ਼ਾਸਨ ਅਲਰਟ ਮੋਡ ਤੇ, ਸਿਰਸਾ ਚ ਇੰਟਰਨੈਟ ਸੇਵਾਵਾਂ ਕੀਤੀਆਂ ਗਈਆਂ ਬੰਦ। ਹਰਿਆਣਾ ਦੀ ਸੀਐਮ ਸੈਣੀ ਨੇ ਤੀਜ ਤੇ ਔਰਤਾਂ ਨੂੰ ਦਿੱਤੇ ਕਈ ਤੋਹਫੇ, ਕੀਤੇ 8 ਵੱਡੇ ਐਲਾਨ। ਰੁਕ ਕਰਦੇ ਹਾਂ ਪਹਿਲੀ ਖਬਰ ਦੇ ਵੱਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ। ਦਿੱਲੀ ਏਅਰਪੋਰਟ ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਊਂਟਰ ਖੋਲਿਆ ਗਿਆ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਏਅਰਪੋਰਟ ਤੇ ਸੁਵਿਧਾ ਕੇਂਦਰ ਸ਼ੁਰੂ ਕਰ ਰਹੀ ਹੈ। ਇਹ AIGI ਏਅਰਪੋਰਟ ਟਰਮੀਨਲ 3 ਵਿਖੇ ਸਥਿਤ ਕੀਤਾ ਜਾਏਗਾ। ਪੰਜਾਬ ਸਰਕਾਰ ਤੇ GMR ਨਵੀਂ ਦਿੱਲੀ ਵਿਚਕਾਰ 12 June 2024 ਨੂੰ 2 ਸਾਲਾਂ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਕਿਹਾ ਸੀ ਕਿ ਦਿੱਲੀ ਹਵਾਈ ਅੱਡੇ ਤੇ ਪੰਜਾਬੀਆਂ ਦੀ ਮਦਦ ਲਈ ਉਹ ਪੰਜਾਬ ਸਹਾਇਤਾ ਕੇਂਦਰ ਖੋਲ੍ਹਣ ਜਾ ਰਹੇ ਨੇ ਤੇ ਉਹਨਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸਾਡੀ ਸਰਕਾਰ ਦੇ ਸੁਪਰਾਲੇ ਨਾਲ ਪੰਜਾਬੀਆਂ ਤੇ NRIs ਦੀ ਖੱਜਲ ਖੁਆਰੀ ਦੂਰ ਹੋਏਗੀ। ਪੰਜਾਬ ਸਰਕਾਰ ਵੱਲੋਂ ਖੋਲ੍ਹਿਆ ਗਿਆ ਹੈ ਸੁਵਿਧਾ ਕੇਂਦਰ 24 ਘੰਟੇ ਕੰਮ ਕਰੇਗਾ। ਇਸ ਸੁਵਿਧਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ਤੇ NRI ਤੇ ਹੋਰ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੋਰ ਸੰਭਵ ਸਹਾਇਤਾ ਪ੍ਰਦਾਨ ਕਰਨਾ। ਇਹ ਵੀ ਦੱਸ ਦਈਏ ਕਿ ਇਸ ਕੇਂਦਰ ਵਿੱਚ 2 ਇਨੋਵਾ ਗੱਡੀਆਂ ਵੀ ਹੋਣਗੀਆਂ ਜੋ ਪੰਜਾਬ ਭਵਨ ਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਸਥਾਨਕ ਆਵਾਜਾਈ 'ਚ ਮਦਦ ਕਰਨ ਲਈ ਉਪਲਬਧ ਰਹਿਣਗੀਆਂ। ਯਾਤਰੀ, ਰਿਸ਼ਤੇਦਾਰ, ਹਵਾਈ ਅੱਡੇ ਤੇ ਲਾਈਟਾਂ, ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਦੀ ਸਹੂਲਤਾਂ ਤੇ ਹੋਰ ਲੋੜੀਂਦੀ ਸਹਾਇਤਾ ਲਈ ਮਦਦ ਲੈ ਸਕਦੇ ਨੇ। ਇਹ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ਵਿੱਚ ਪੰਜਾਬ ਭਵਨ ਦਿੱਲੀ ਵਿੱਚ ਕੁਝ ਕਮਰੇ ਯਾਤਰੀਆਂ 'ਚ ਉਹਨਾਂ ਦੇ ਰਿਸ਼ਤੇਦਾਰਾਂ ਲਈ ਉਪਲਬਧ ਕਰਾਏ ਜਾਣਗੇ। ਇਸ ਲਈ ਬਕਾਇਦਾ ਸਹਾਇਤਾ ਕੇਂਦਰ ਨੰਬਰ 01-11-2182 ਜਾਰੀ ਕੀਤਾ ਗਿਆ, ਜਿਸ ਦੀ ਵਰਤੋਂ ਯਾਤਰੀ ਕਿਸੇ ਸਮੇਂ ਸਹਾਇਤਾ ਪ੍ਰਾਪਤ ਕਰਨ ਲਈ ਕਰ ਸਕਦੇ ਨੇ। ਅੱਜ ਇੰਟਰਨੈਸ਼ਨਲ ਏਅਰਪੋਰਟ ਕੇ ਟਰਮੀਨਲ 3 ਪੇ ਅਰਾਈਵਲ ਪੇ ਹਮਨੇ ਵਾਦਾ ਕੀਆ ਥਾ, ਇੱਕ ਵਾਦਾ ਨਹੀਂ, ਹਮਾਰਾ ਇੱਕ ਵਿਜ਼ਨ ਥਾ ਕਿ ਕਿਉਂਕਿ ਬਹੁਤ ਪੰਜਾਬੀ ਜੋ ਹੈ ਵੋ NRI ਹੈ, ਵੋ ਹਰ ਰੋਜ਼ ਵੈਨਕੂਵਰ ਜਾਤੇ ਹੈ, ਟੋਰਾਂਟੋ ਜਾਤੇ ਹੈ, ਲੰਡਨ ਜਾਤੇ ਹੈ, ਮੈਲਬਰਨ ਜਾਤੇ ਹੈ, ਸਿਡਨੀ ਜਾਤੇ ਹੈ। ਕਈ ਵਾਰ ਐਸੀ ਦਿੱਕਤੋਂ ਕਾ ਸਾਹਮਣਾ ਕਰਨਾ ਪੜ ਜਾਤਾ ਹੈ, ਬਜ਼ੁਰਗ ਹੈਂ, ਅਕੇਲੇ ਹੈਂ, ਫਲਾਈਟ ਮਿਸ ਹੋ ਗਈ, ਪਤਾ ਨਹੀਂ ਕਹਾਂ ਜਾਣਾ ਹੈ, ਪਤਾ ਨਹੀਂ ਕਬ ਜਾਣਾ ਹੈ, ਪਤਾ ਨਹੀਂ ਕੌਣ ਸਾ ਹੋਟਲ ਦੀਆ ਜਾਂ ਸਮਾਨ ਨਹੀਂ ਆਇਆ, ਪਤਾ ਨਹੀਂ ਕਹਾਂ ਲਿਖਵਾਉਣਾ ਹੈ ਸਮਾਨ। ਬਹੁਤ ਸੀ ਦਿੱਕਤਾਂ ਥੀ, ਮੇਰਾ ਖੁਦ ਕਾ ਵੀ ਐਸਾ ਐਕਸਪੀਰੀਅੰਸ ਰਹਾ ਹੈ, ਜਬ ਮੈਂ ਐਜ਼ ਐਨ ਆਰਟਿਸਟ ਆਤਾ ਜਾਤਾ ਰਹਿਤਾ ਥਾ ਏਅਰਪੋਰਟ ਪੇ, ਤੋ
हमको भी लिखवाना पड़ता था, सामान नहीं आया जी, ब्रिटिश एयरवेज का सामान नहीं आया जी, KLM का सामान नहीं आया जी, लुफ्तांसा का। मैं किसी एयरलाइन को कोई आपत्ति नहीं जता रहा हूं, कई बार हो जाता है। ओदे वास्ते अज असी टर्मिनल 3 ते पंजाब हेल्प सेंटर, पंजाब सहायता केंद्र खोला है। किसी भी बंदे को अगर डिपार्चर पे दिक्कत है तो आ जाए, टर्मिनल 3 के अराइवल पे आ जाए, अंदर ही हेल्प सेंटर है। 2 अफसरों की ड्यूटी लगाई है, कंप्यूटर लगे हुए हैं, 2 इनोवा गाड़ियां हमने स्पेशली यहां पे रखी हुई हैं। क्या पता किसी का सामान ना आए, क्या पता किसी को रात बितानी पड़े, हाउ होटल नहीं मिल रहा, ये वो होटल भी छोड़ के आ सकते हैं। अदरवाइज कोई ऐसी दिक्कत है तो पंजाब भवन में हम स्पेशल अरेंजमेंट करके उनका पंजाब भवन में रहने का इंतजाम कर सकते हैं। अगले दिन उनको उनकी जो फ्लाइट है आगे वाली उसमें हम उसका प्रबंध करवा सकते हैं। तो पंजाब पहला स्टेट है जिसने इंटरनेशनल एयरपोर्ट के टर्मिनल 3 के अराइवल पर ये इंतजाम किया है। श्रुति एक नंबर बता दो, हम एक नंबर बताने जा रहे हैं आपको कि जिस पे फोन करके कोई भी दिक्कत हो आप आराम से हमारे पास आ जाइएगा, बाकी काम हमारा है। और सीनियर अकाली आगू ते साबका मंत्री बिक्रम सिंह मजीठिया ड्रग केस च SIT सामने पेश होने लई पटियाला पहुंचे ने। SIT ने उन्हां नूं ड्रग केस दे चलदियां तलब कीता। दस दिए कि SIT वालों पहला 3 वार उन्हां नूं पेश होने लई कहा गया सी, पर ओह पेश नहीं होए ते इसलिए उन्हां वालों वख-वख कारणां दा हवाला दिता गया सी। इस दौरान अज उन्हां नूं 8 अगस्त नूं पेश होने लई मुड़ समन जारी होया सी, जिस दे चलदे अज ओह SIT सामने पेश होने लई पहुंचे ने। ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ, ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ, 0 ਵਾਰੀ ਗਏ। ਮਜੀਠੀਏ ਨੂੰ 5 ਸਿੱਟਾਂ ਬਦਲਤੀਆਂ, 11 ਵਾਰੀ ਸੱਦਿਆ ਤੇ 7 ਵਾਰੀ ਮੈਂ ਪੇਸ਼ ਹੋ ਗਿਆ। ਜੇ ਮੈਂ 3-4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾਂ ਕਰਕੇ, ਔਰ ਇੱਕ ਸ਼ਹੀਦੀ ਜਿਹੜੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆਇਆ। ਮਗਰ ਅੱਜ ਹਾਲਾਤ ਵੇਖ ਲਓ ਕੀ ਹੈ। ਅੱਜ ਅਖਬਾਰ ਤੁਸੀਂ ਵੀ ਪੜ੍ਹੀ ਆ, ਇੱਕ ਸਿੱਟ ਤਾਂ ਇਹ ਸਿਆਸੀ, ਮੈਂ ਤਾਂ ਇਹਨਾਂ ਨੂੰ ਕਹਿੰਦਾ ਇੱਥੇ ਐਵੇਂ ਸੱਦ ਦਿਓ, CM ਹਾਊਸ ਹੀ ਸੱਦ ਲਿਆ ਕਰੋ। ਵਿਨੇਸ਼ ਫੋਗਾਟ ਦੇ ਕੁਸ਼ਤੀ ਤੋਂ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਬੀਤੇ ਦਿਨੀ ਉਹ ਫੋਗਾਟ ਦੇ ਘਰ ਵੀ ਗਏ ਸਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਓਲੰਪਿਕ ਦਾ ਇੱਕ ਗੋਲਡ ਮੈਡਲ ਹੱਥ ਵਿੱਚ ਆਉਂਦੇ ਆਉਂਦੇ ਰਹਿ ਗਿਆ, ਭਾਵ ਕਿ ਖੋ ਲਿਆ ਗਿਆ ਹੋਵੇ। ਉਹਨਾਂ ਕਿਹਾ ਕਿ ਜੋ ਅਫੀਸ਼ੀਅਲੀ ਵੇਟ ਹੁੰਦਾ ਜੇਕਰ ਅਜਿਹਾ ਸੀ ਤਾਂ ਉਸਦੇ ਵਾਲ ਕੱਟ ਲੈਂਦੇ, ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਫੋਗਾਟ ਦੇ ਕੋਚ ਤੱਕ ਨੇ ਵੀ ਧਿਆਨ ਨਹੀਂ ਦਿੱਤਾ, ਪਰ ਉਹ ਹਮੇਸ਼ਾ ਫੋਗਾਟ ਨੂੰ ਹੀ ਚੈਂਪੀਅਨ ਮੰਨਦੇ ਰਹਿਣਗੇ। कल मैं फोगाट के घर पे भी गया था, बहुत ही दुखदायक बात है कि एक ओलंपिक का एक गोल्ड मेडल जैसे हाथ हमारा बढ़ गया था लेकिन छीन लिया गया। तो उसके कोच ने एक बात बताई, उसके ताऊ भी हैं वो कोच भी हैं, कि अगर
वेट तो पहले भी कर लेते हैं, जो ऑफिशियल वेट होता है उससे पहले भी वेट होता है। प्लेयर्स के पास अपनी वेइंग मशीन होती है, अगर ऐसा था तो उसके बाल भी काट सकते थे। 200 ग्राम के तो उसके बाल भी थे, 100 ग्राम का तो चक्कर है ना, उसके बाल काट सकते थे। किसी ने ध्यान नहीं दिया, पता नहीं क्या करने गए हैं हमारे कोच, हमारे फिजियोथेरेपिस्ट, और हम गोल्ड मेडल से वंचित रह गए। मैं इस मामले में फोकट चैंपियन है और चैंपियन रहेगी, इसमें उसकी कोई गलती नहीं है, जो सराउंडिंग स्टाफ है उसमें से आप जांच कर लो। विनेश फोगाट की हार तो बाद देश के प्रधानमंत्री नरेंद्र मोदी ने फोगाट का हौसला बधाया। उन्हें कहा कि फोगाट देश की बेटी है ते उस नाल ते उसके परिवार के नाल मेरी दिलो हमदर्दी। डेरा जगमाल वाली सिरसा दे संत बहादुर चंद वकील साहब वालियां दे अंतिम अरदास ते भोग दा प्रोग्राम अज रख्या गया। सुरक्षा कारणां कारण डेरे विच पुलिस दी 8 कंपनियां ते आरएएफ दी इक कंपनी तैनात कीती गई है। विवाद दे डरों देर शाम तो ही जिले च इंटरनेट सेवा बिल्कुल बंद कर दी गई है, जो कि अज अद्धी रात 12 बजे तक ठप रहेगी। इस दे नाल ही दस्तार सजाउण दी रस्म दौरान लखां लोकां दे इकट्ठे होण दी गल ते पंजाब हरियाणा हाई कोर्ट ने हरियाणा सरकार नूं अमन कानून यकीनी बनाउण दे हुक्म दित्ते ने। दस्सीए कि संत वकील साहब दे चोला छड़न तो बाद डेरे दी गद्दी नूं लैके विवाद चल रहा है ते इस संबंधी दो धड़े ने 4 दिन पहला ही संगत ने डेरे दे साबका मुखी संत मैनेजर साहब दे भतीजे गुरप्रीत सिंह नूं गद्दी ते बिठाया सी, पर बीते दिनी वरिंदर सिंह ढिल्लों जी ने कहा सी कि गद्दी ते वसीयत उन्हां दे नां होएगी, वह भी डेरे पहुंच गए ने ते होर पार्टियां दे लोग उस दी आमद का विरोध करने ते अजिहे च पुलिस फोर्स भी तैनात कर दी गई। डेरे में हर तरीके से पूरी मुस्तैदी से पुलिस तैनात है, और ना ही सिर्फ जिले की फोर्स, हमने रेंज से भी फोर्स को यहाँ पे मुहैया कराया है, और हमारी कम से कम 16 कंपनी हैं जो यहाँ पे रिक्रूटेड हैं, उसमें कुछ हमारी जिले की हैं, कुछ आसपास के जिलों की फोर्स हैं यहाँ पे, उसके अलावा हमारी हरियाणा आर्म पुलिस जो बटालियन है उनकी कंपनीज है, आरएएफ भी है यहाँ पे रिक्रूटेड, तो पूरी ही मुस्तैदी से पुलिस यहाँ पे तैनात है, कोई भी सिचुएशन ऐसी नहीं आई। हरियाली तीज दे मौके ते हरियाणा दे मुख्यमंत्री नायब सिंह सैनी ने वड्डा ऐलान किया। उन्हां ने 500 रुपए विच गैस सिलेंडर देने दा फैसला किया ते लखां परिवारां नूं 500 रुपए दे विच गैस सिलेंडर मिलेगा। ओह परिवार जिन्हां दी सालाना आमदनी 1,80,000 रुपए तो घट है उन्हां नूं 500 रुपए दे विच गैस सिलेंडर मिलेगा। मुख्यमंत्री नायब सैनी ने कहा कि तीज दे पवित्र त्यौहार ते मैं ऐलान करदा कि हरियाणा राज दे 46 लाख परिवार जिन्हां दी आमदनी 1,80,000 रुपए तो घट है ते प्रधानमंत्री उज्जवल योजना तहत 12 लाख लाभपात्री भैणां नूं हम महज 500 रुपए दे विच गैस सिलेंडर मिलेगा वो प्राप्त करनगियां। इस दे नाल ही पिंडां दी धरती जीन तो तीज दे शुभ मौके ते मुख्यमंत्री नायब सिंह सैनी ने कई होर ऐलान भी कीते। उन्होंने कहा कि वह 30,000 तो वध मावां भैणां नूं मिले ते उन्हां दा आशीर्वाद लिया। इस मौके ते साडे अज दे ऐलान हरियाणा दे हर परिवार खास करके औरतां नूं वड्डी राहत देण वाले ने ते भाजपा दी डबल इंजन वाली सरकार ने हमेशा ही औरतां दी भलाई नूं पहल दित्ती है ते इस लड़ी विच हरियाणा सरकार ने मावां भैणां नूं राहत देण लई कई इह ऐलान कीते ने। इस दे नाल ही मुख्यमंत्री नायब सिंह सैनी ने कहा कि ऐलान साडे लई संकल्प पत्र ने, क्योंकि भाजपा जो भी कहती है उसनों पूरा करती है, कांग्रेस सिर्फ झूठ बोल के लोगों को गुमराह करती रही है पर जो मौका आता तो वह कुछ नहीं करती। पूरे 5 सालों तो कांग्रेस अपने ही भरावां भतीजों के कुछ कु परिवारों लिए सेवा करने लिए खजाने नूं लुट रही है।
आज इस तीज के पर्व के ऊपर आप लोगों के बीच में आया हूं। मैं आज अपनी बहनों को कि जब तक ये भारतीय जनता पार्टी की सरकार रहेगी तब तक मैं आप लोगों को एक विश्वास दिलाता हूं, क्योंकि पहले आदरणीय प्रधानमंत्री नरेंद्र मोदी जी ने और आदरणीय मनोहर लाल जी ने हर घर के अंदर गैस का कनेक्शन पहुंचाने की व्यवस्था ये नरेंद्र मोदी सरकार ने की थी। आज मैं ये घोषणा करता हूं कि हमारी ऐसे लगभग हरियाणा प्रदेश के अंदर 46 लाख परिवार हैं, ऐसे 46 लाख परिवारों को जिनकी आय 1,80,000 रुपए से कम है और जो प्रधानमंत्री उज्ज्वला योजना के तहत जिनके 12 लाख ऐसे लाभार्थी हैं, ऐसी सब बहनों को आज के बाद ये गैस का सिलेंडर मात्र 500 रुपए के अंदर आप लोगों को उपलब्ध होगा, इस बात की मैं आज घोषणा करता हूं। गैंगस्टर लॉरेंस बिश्नोई दी इंटरव्यू पंजाब च होण दे ताज़ा खुलासे तो बाद विरोधी धिर दे आगू प्रताप सिंह बाजवा ने पंजाब दे मुख्यमंत्री भगवंत मान तो इस्तीफा मंग लिया है। जिक्रयोग है कि विशेष जांच टीम ने अज पंजाब दे हरियाणा हाई कोर्ट नू सीलबंद रिपोर्ट सौंपी है। रिपोर्ट च खुलासा किया गया है कि बिश्नोई का पहला इंटरव्यू उस समय होया जो वह खरड़ पंजाब च CIA की हिरासत च सी ते दूजा राजस्थान की जेल च होया सी। उन्हें कहा कि आम आदमी पार्टी की अगवाई वाली पंजाब सरकार मार्च 2023 तो ही झूठ बोल रही है ते हाई कोर्ट विच इस खुलासे तो बाद भगवंत मान नूं पंजाब दे लोकां ते खास करके मारे गए पंजाबी रैपर ते गायक शुभदीप सिंह उर्फ सिद्धू मूसेवाला दे मापियां नूं स्पष्टीकरण देना चाहिए। सीनियर कांग्रेसी आगू बाजवा ने यह भी कहा कि इंटरव्यू पंजाब दे मुख्यमंत्री दी नक हेठ होई सी ते उन्हां नूं इस बारे कोई जानकारी नहीं है। पुलिस विभाग विच कालियां भेडां ने गृह मंत्री होण दे नाते भगवंत मान नूं निरपक्ष जांच निर्देश देने चाहिए ने ते दोषी पुलिस अधिकारियों नूं साली सजा दी जानी चाहिए है। भगवंत मान नूं घट्टो घट गैंगस्टर दे इंटरव्यू बारे झूठ बोलने लई माफी जरूर मंगनी चाहिए। दिल्ली के मुख्यमंत्री अरविंद केजरीवाल ने उपराज्यपाल नूं पत्र लिखे कहा है कि कैबिनेट मंत्री आतिशी 15 अगस्त नूं शहर दे विच स्वतंत्रता दिवस समारोह ते उन्हां दी थां राष्ट्रीय झंडा लहराएगी। केजरीवाल इस समय कथित दिल्ली आबकारी नीति घोटाले नाल संबंधित भ्रिष्टाचार ते मनी लॉन्ड्रिंग दे मामले च तिहाड़ जेल च बंद ने ते केजरीवाल ने उपराज्यपाल VK सक्सेना नूं चिट्ठी लिखी है कि आतिशी 15 अगस्त नूं उन्हां दी थां ते तिरंगा लहराएगी। ते हर साल दस दिए कि यह समागम है जिहड़ा वह छत्रसाल स्टेडियम दे विच ही हुंदा है ते उत्थे केजरीवाल इकट्ठ नूं संबोधन करदे ने। जलंधर बस स्टैंड नेड़े एक निजी होटल नूं अग लगन का मामला सामने, हालांकि अग लगन के कारणों का पता नहीं लग सकिया। घटना की सूचना स्थानक लोगों ने फायर ब्रिगेड नूं दिती है। मौके पर पहुंची फायर ब्रिगेड की टीम वालों अग से काबू पाने के यत्न किए जा रहे हैं। दसिया जा रहा है कि होटल शशि शर्मा दे जानकारी मिली है कि हादसा AC फटन कारण वापरे। इस घटना सब तो पहला हेठा दफ्तर च अग लगी जिस तों बाद अग बदल लगी तो इसने भयानक रूप धारण कर लिया।
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਉਸ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਏ, ਜਿਸ ਤਹਿਤ ਨਾਭਾ ਬਲਾਕ ਦੇ ਪਿੰਡ ਮਹਿਸ ਤੇ ਪਿੰਡ ਸਾਧੋਹੇੜੀ ਵਿਖੇ ਨਾਭਾ ਸਦਰ ਪੁਲਿਸ ਦੇ ਇੰਚਾਰਜ ਗੁਰਵਿੰਦਰ ਸੰਧੂ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਪਿੰਡ ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਆਪਰੇਸ਼ਨ ਕਾਸੋ ਤਹਿਤ ਤਲਾਸ਼ੀ ਕੀਤੀ ਗਈ। ਇਹ ਤਲਾਸ਼ੀ ਅਭਿਆਨ ਉਹਨਾਂ ਵਿਅਕਤੀਆਂ ਦੇ ਘਰਾਂ 'ਚ ਕੀਤਾ ਗਿਆ ਜਿਨ੍ਹਾਂ 'ਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਅਤੇ ਉਹਨਾਂ ਦੇ ਘਰਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ। ਇਸ ਮੌਕੇ 'ਤੇ ਨਾਭਾ ਸਦਰ ਪੁਲਿਸ ਦੇ ਇੰਚਾਰਜ ਗੁਰਵਿੰਦਰ ਸੰਧੂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਦੀ ਪ੍ਰੋਪਰਟੀ ਸੀਲ ਕੀਤੀ ਜਾਵੇਗੀ। ਨਾਨਕ ਸਿੰਘ ਜੀ ਅਤੇ ਡੀ ਐੱਸ ਪੀ ਅਤੇ ਦਵਿੰਦਰ ਅਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਖਾਸ ਓਪਰੇਸ਼ਨ ਚਲਾਇਆ ਗਿਆ। ਜਿਹੜਾ ਸਸਪੀਸ਼ੀਅਸ ਪਰਸਨ ਦੇ ਜਿਹੜੇ ਕੋਈ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਘਰਾਂ ਦੀ ਅਤੇ ਬਾਹਰ ਚੈਕਿੰਗ ਕੀਤੀ ਗਈ ਆ ਵਿਲੇਜ ਮੈਸ ਅਤੇ ਵਿਲੇਜ ਲੱਦਾਹੇੜੀ। ਰਿਸਰਚ ਕੀਤੀ ਅਜੇ ਬਰਾਮਦਗੀ ਕੁਛ ਨਹੀਂ ਹੋਈ ਹੈ, ਸਰਚ ਸਾਡੀ ਚੱਲ ਰਹੀ ਹੈ, ਬਾਕੀ ਬਾਅਦ 'ਚ ਜਿਹੜੀ ਹੋਊਗੀ ਰਿਕਵਰੀ ਉਹਦੇ ਬਾਰੇ ਦੱਸਦੇ ਹਾਂ। ਜਿਨ੍ਹਾਂ ਦੇ ਪਹਿਲਾਂ ਦੋ ਦੋ ਤਿੰਨ ਤਿੰਨ ਪਰਚੇ ਦਰਜ ਹੈ ਉਹਨਾਂ ਦੀ ਖਾਸ ਕਰ ਕਰਾ ਰਹੇ ਹਾਂ ਚੈਕਿੰਗ। ਹਦਾਇਤਾਂ ਨੇ ਵੀ ਉਹ ਨਸ਼ੇ ਦਾ ਕਾਰੋਬਾਰ ਜੋ ਕੋਈ ਮਾੜਾ ਮੋਟਾ ਕਰਦਾ ਤਾਂ ਬੰਦ ਕਰਨ। ਸਾਡੀ ਜਿਹੜੀ ਮਹਿਮੇਡੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ, ਇਸ ਅਧੀਨ ਕਿਸੇ ਨੂੰ ਵੀ ਨਸ਼ਾ ਵੇਚਣ ਨਹੀਂ ਦਿੱਤਾ ਜਾਵੇ। ਹਾਂ ਸ਼ੱਕੀ ਇਹਨਾਂ 'ਤੇ ਪਹਿਲਾਂ ਮੁਕੱਦਮੇ ਵੀ ਦਰਜ ਹੈ, ਇਹਨਾਂ ਨੂੰ ਟਾਈਮ ਟੂ ਟਾਈਮ ਇਹਨਾਂ ਦੀ ਚੈਕਿੰਗ ਜਿਹੜੀ ਹੁੰਦੀ ਰਹਿੰਦੀ ਹੈ, ਸਰਚ ਓਪਰੇਸ਼ਨ ਚੱਲਦੇ ਰਹਿੰਦੇ। ਹਾਂਜੀ ਹਾਂ ਬਿਲਕੁਲ, ਅਸੀਂ ਜਿਹੜੀ ਨਸ਼ੇ ਦੇ ਜਿਨ੍ਹਾਂ ਨੇ ਦੋ ਚਾਰ ਤੋਂ ਵੱਧ ਪਰਚੇ ਦਰਜ ਹੈ ਉਹਨਾਂ ਦੀ ਪ੍ਰੋਪਰਟੀ ਅਸੀਂ 68 ਐੱਫ ਅਧੀਨ ਫੋਰਫੀਚਰ ਵੀ ਕਰਾ ਰਹੇ ਹਾਂ। ਇਹਨਾਂ ਨੂੰ ਨਸ਼ੇ ਜਿਹੜੇ ਵੇਚਦੇ ਆ ਉਹਨਾਂ ਨੂੰ ਸਖ਼ਤ ਤਾੜਨਾ ਵੀ ਕੀਤੀ ਹੋਈ ਹੈ। ਸਾਉਣ ਮਹੀਨੇ ਦੇ ਚੱਲਦਿਆਂ ਹੁਸ਼ਿਆਰਪੁਰ ਦੀਆਂ ਸ਼ਿਵਾਲਿਕ ਪਹਾੜੀਆਂ 'ਚ ਸਥਿਤ ਮਾਤਾ ਚਿੰਤਪੁਰਨੀ ਜੀ ਦੇ ਮੰਦਿਰ ਵਿਖੇ ਨਤਮਸਤਕ ਹੋਣ ਲਈ ਸੰਗਤ ਪੂਰੇ ਜੋਸ਼ੋ ਖਰੋਸ਼ ਨਾਲ ਪਹੁੰਚਦੀ ਅਤੇ ਅਮਨ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਲਈ ਦੇਸ਼ ਵਿਦੇਸ਼ 'ਚੋਂ ਲੱਖਾਂ ਦੀ ਗਿਣਤੀ ਸ਼ਰਧਾਲੂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਪੁੱਜ ਰਹੇ ਨੇ। ਇਸ ਮੌਕੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੇ ਨਿਰਵਿਘਨ ਯਾਤਰਾ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਚਿੰਤਪੁਰਨੀ ਜੀ ਦੇ ਇਸ ਮੇਲੇ ਵਿੱਚ ਹਜ਼ਾਰਾਂ ਸ਼ਰਧਾਲੂ ਕਾਰਾਂ, ਮੋਟਰਸਾਈਕਲਾਂ ਅਤੇ ਜੀਪਾਂ ਅਤੇ ਹੋਰ ਵਾਹਨਾਂ 'ਤੇ ਜਾ ਰਹੇ ਨੇ ਤਾਂ ਕਿ ਉਹ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਸਕਣ। ਦੱਸਦੀ ਕਿ ਮਾਤਾ ਚਿੰਤਪੁਰਨੀ ਜੀ ਦਾ ਇਹ ਮੇਲਾ 5 ਅਗਸਤ ਤੋਂ ਸ਼ੁਰੂ ਹੋਇਆ ਜੋ ਕਿ 14 ਅਗਸਤ ਤੱਕ ਚੱਲੇਗਾ। ਜ਼ਿਲ੍ਹਾ ਗੁਰਦਾਸਪੁਰ ਹਮੇਸ਼ਾ ਹੀ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਬਦਨਾਮ ਰਿਹਾ, ਪਰ ਪੁਲਿਸ ਦੀ ਸਖ਼ਤੀ ਦੇ ਚੱਲਦੇ ਇਸ ਧੰਦੇ 'ਚ ਕਾਫ਼ੀ ਕਮੀ ਆਈ ਅਤੇ ਹੁਣ ਨਜਾਇਜ਼ ਸ਼ਰਾਬ ਵੇਚਣ ਵਾਲੇ ਪੁਲਿਸ ਤੋਂ ਬਚਣ ਲਈ ਵੱਖ ਵੱਖ ਤਰਕੀਬਾਂ ਲਗਾ ਰਹੇ ਨੇ। ਧੰਦੇ ਵਿੱਚ ਔਰਤਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ, ਜਿੱਥੇ ਪਹਿਲਾਂ ਔਰਤਾਂ ਸਿਰਫ ਘਰਾਂ 'ਚ ਸ਼ਰਾਬ ਵੇਚਣ ਦਾ ਕੰਮ ਕਰਦੀਆਂ ਸੀ, ਹੁਣ ਉਹ ਸ਼ਰਾਬ ਤਸਕਰੀ ਦੇ ਕੰਮ ਹੈ ਜਿਹੜੇ ਉਹ ਘਰ ਵਿੱਚ ਕਰਨ ਲੱਗ ਪਈਆਂ ਨੇ। ਥਾਣਾ ਧਾਰੀਵਾਲ ਦੀ ਪੁਲਿਸ ਅਜਿਹੀ ਇੱਕ ਐਕਟਿਵਾ ਸਵਾਰ ਔਰਤ ਨੂੰ ਖੁੰਡਾ ਪੁਲ ਦੇ ਕੋਲ ਉਹਨਾਂ ਨੇ ਜਾਂਦੇ ਵੇਖਿਆ, ਜਿੱਥੇ ਔਰਤ ਨੇ ਪੁਲਿਸ ਨੂੰ ਦੇਖ ਕੇ ਘਬਰਾ ਕੇ ਮੁੜਨ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ 'ਤੇ ਉਸਦਾ ਤੁਰੰਤ ਪਿੱਛਾ ਕਰਕੇ ਉਸਨੂੰ ਫੜ ਲਿਆ ਗਿਆ, ਜਿਸ ਦੀ ਤਲਾਸ਼ੀ ਲੈਣ 'ਤੇ ਇਸਦੀ ਸਕੂਟਰੀ 'ਚੋਂ 80 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ। ਔਰਤ ਦਾ ਨਾਮ ਰਾਜ ਕੌਰ, ਪਤਨੀ ਲੇਟ ਜਸਪਾਲ ਸਿੰਘ ਵਾਸੀ ਪਿੰਡ ਮੌਜਪੁਰ ਦੱਸਿਆ ਜਾ ਰਿਹਾ। ਧਾਰੀਵਾਲ ਥਾਣੇ ਦੀ SHO ਬਲਜੀਤ ਕੌਰ ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਨੌਸ਼ਹਿਰਾ ਪੰਨੂਆ ਬਾਜ਼ਾਰ 'ਚ ਰੇਹੜੀ ਫੜੀ ਵਾਲਿਆਂ ਨੂੰ ਸੜਕ ਤੋਂ ਹਟਾਉਣ ਮੌਕੇ ਮਾਮਲਾ ਇੰਨਾ ਤੂਲ ਫੜ ਗਿਆ ਕਿ ਚੌਂਕੀ ਇੰਚਾਰਜ ਗੱਜਣ ਸਿੰਘ ਨੇ ਸਰਪੰਚ ਤਰਸੇਮ ਸਿੰਘ ਦੀ ਦਾੜੀ ਨੂੰ ਹੱਥ ਪਾਉਣ ਦੀ ਗੱਲ ਤਾਂ ਕਹਿ ਦਿੱਤੀ। ਸਾਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਣ ਮਗਰੋਂ ਧਾਰਮਿਕ ਤੇ ਰਾਜਸੀ ਆਗੂਆਂ ਵੱਲੋਂ ਇਸ ਦੀ ਨਿਖੇਧੀ ਕਰਨ ਦੇ ਨਾਲ ਸੰਘਰਸ਼ ਦੇ ਰਾਹ ਪੈਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਉਕਤ ਮਾਮਲੇ ਨੂੰ ਲੈ ਕੇ ਚੌਂਕੀ ਇੰਚਾਰਜ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਹੇ ਨੇ, ਪਰ ਸਰਪੰਚ ਤਰਸੇਮ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਕਾਨੂੰਨੀ ਕਾਰਵਾਈ ਦੀ ਗੁਹਾਰ ਲਗਾਈ ਗਈ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੀ ਮੰਡੀ ਤਹਿਸੀਲ 'ਚ ਸ਼੍ਰੀ ਬਾਬਾ ਬੁੱਢਾ ਅਮਰਨਾਥ ਦੀ 10 ਰੋਜ਼ਾ ਯਾਤਰਾ ਅੱਜ ਤੋਂ ਸ਼ੁਰੂ ਹੋ ਕੇ ਇਸ ਮਹੀਨੇ ਦੀ 19 ਤਰੀਕ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਸਾਵਨ ਪੂਰਨਿਮਾ 'ਤੇ ਸਮਾਪਤ ਹੋਏਗੀ। ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸ਼੍ਰੀ ਬਾਬਾ ਬੁੱਢਾ ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਬੁੱਢਾ ਅਮਰਨਾਥ ਮੰਦਿਰ ਪਹੁੰਚਿਆ। ਲਗਭਗ 700 ਸ਼ਰਧਾਲੂ ਮੁੱਖ ਤੌਰ 'ਤੇ ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਦਰਸ਼ਨਾਂ ਲਈ ਆਏ ਨੇ। ਸ਼ਰਧਾਲੂਆਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਪੁੰਛ ਜ਼ਿਲ੍ਹੇ ਦੇ ਮੰਡੀ ਖੇਤਰ ਵਿੱਚ ਸ਼੍ਰੀ ਬੁੱਢਾ ਅਮਰਨਾਥ ਮੰਦਿਰ ਵਿੱਚ ਹਰ ਸਾਲ ਇਸੇ ਤਰ੍ਹਾਂ ਭਾਰੀ ਭੀੜ ਦੀ ਸੰਭਾਵਨਾ। ਲੌਰਨ ਘਾਟੀ ਨਾਲ ਘਿਰਿਆ ਬਾਬਾ ਬੁੱਢਾ ਅਮਰਨਾਥ ਸਰਹੱਦੀ ਪੁੰਛ ਜ਼ਿਲ੍ਹੇ 'ਚ ਸਥਿਤ ਹੈ ਅਤੇ ਜੰਮੂ ਤੋਂ 290 ਕਿਲੋਮੀਟਰ ਦੂਰ ਪਲਸਤੀ ਨਦੀ ਦੇ ਕੰਢੇ ਸਮੁੰਦਰੀ ਤਲ ਤੋਂ 4600 ਫੁੱਟ ਦੀ ਉਚਾਈ 'ਤੇ ਸਥਿਤ ਹੈ। ਮਾਨਤਾ ਅਨੁਸਾਰ ਕਸ਼ਮੀਰ ਦੇ ਅਨੰਤਨਾਗ 'ਚ ਬਾਬਾ ਬਰਫਾਨੀ ਦੇ ਦਰਸ਼ਨਾਂ ਤੋਂ ਬਿਨਾਂ ਬਾਬਾ ਬੁੱਢਾ ਅਮਰਨਾਥ ਦੀ ਯਾਤਰਾ ਅਧੂਰੀ ਮੰਨੀ ਜਾਂਦੀ। ਅੰਮ੍ਰਿਤਸਰ 'ਚ ਲਗਾਤਾਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਬੀਤੇ ਦਿਨੀ ਗੁਮਟਾਲਾ ਫਲਾਈਓਵਰ ਤੋਂ ਉਤਰਦੇ ਸਮੇਂ ਇੱਕ ਬਜ਼ੁਰਗ ਵਿਅਕਤੀ ਜੋ ਆਪਣੀ ਡਿਊਟੀ ਤੋਂ ਵਾਪਿਸ ਆ ਰਿਹਾ ਸੀ ਅਤੇ ਦੋ ਐਕਟਿਵਾ ਸਵਾਰ 6 ਨੌਜਵਾਨਾਂ ਵੱਲੋਂ ਉਸ ਬਜ਼ੁਰਗ ਵਿਅਕਤੀ ਜਿਸਦਾ ਨਾਂ ਗਿਆਨ ਚੰਦ ਆ ਉਸ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਨੌਜਵਾਨਾਂ ਵੱਲੋਂ ਉਸ ਕੋਲੋਂ ਕੁਝ ਨਕਦੀ ਅਤੇ ਉਸਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਵੀ ਖੋਲੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ। ਉਕਤ ਹਮਲਾਵਰਾਂ ਨੇ ਉਕਤ ਵਿਅਕਤੀ 'ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸਦੀ ਬਾਂਹ ਅਤੇ ਉਸਦਾ ਗੁੱਟ ਵੀ ਵੱਢ ਦਿੱਤਾ। ਮੌਕੇ ਵਾਰਦਾਤ 'ਤੇ ਪੁਲਿਸ ਦੀ ਢਿੱਲ ਮੱਠ ਕਾਰਨ ਲੁਟੇਰੇ ਭੱਜਣ 'ਚ ਸਫਲ ਰਹੇ, ਜਦੋਂ ਕਿ ਦੂਜੇ ਪਾਸੇ ਪੁਲਿਸ ਨੇ ਆਸ ਪਾਸ ਦੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ ਹੈ, ਪਰ ਫਿਲਹਾਲ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਧਾਨ ਮੋਗਾ ਅਮਰਜੀਤ ਸਿੰਘ ਗਿੱਲ ਲੰਡੇਕੇ ਦੀ ਸਰਪ੍ਰਸਤੀ ਹੇਠ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬਲਦੇਵ ਸਿੰਘ ਮਾਣੂਕੇ ਅਤੇ ਹਨਮੁਖ ਭਾਰਤੀ ਪੱਤੋ ਦੀ ਅਗਵਾਈ ਹੇਠ ਹਲਕੇ ਦੇ ਵਰਕਰ ਵੱਲੋਂ ਵਿਸ਼ਾਲ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਡਟ ਕੇ ਖੜ੍ਹਨ ਦਾ ਭਰੋਸਾ ਜਤਾਇਆ ਗਿਆ। ਇਸ ਮੌਕੇ 'ਤੇ ਮਾਣੂਕੇ ਨੇ ਕਿਹਾ ਕਿ ਪ੍ਰਦੀਪ ਕਲੇਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮੁੱਖ ਦੋਸ਼ੀ ਨੇ, ਜਿਨ੍ਹਾਂ 'ਤੇ ਵੱਖ ਵੱਖ ਥਾਣਿਆਂ 'ਚ ਕੇਸ ਦਰਜ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉਹਨਾਂ ਨੂੰ ਮੁੱਖ ਗਵਾਹ ਬਣਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨੀ ਸੰਘਰਸ਼ ਵਿੱਚ ਸਮੇਂ-ਸਮੇਂ ਤੇ ਕੁਰਬਾਨੀਆਂ ਦੇਣ ਵਾਲੇ 20 ਸ਼ਹੀਦ ਕਿਸਾਨਾਂ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਮੋਗਾ ਵਿੱਚ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ 'ਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਂਸ, ਹਲਕਾ ਮੋਗਾ ਤੋਂ ਵਿਧਾਇਕ ਮੈਡਮ ਅਮਨਦੀਪ ਕੌਰ ਅਰੋੜਾ ਤੋਂ ਇਲਾਵਾ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਧਾਲੀਵਾਲ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਨਿਯੁਕਤੀ ਪੱਤਰ ਭੇਂਟ ਕੀਤੇ। ਇਸ ਮੌਕੇ 'ਤੇ ਦਵਿੰਦਰਜੀਤ ਸਿੰਘ ਲਾਡੀ ਢੌਂਸ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ
ਕਿਹਾ ਕਿ 32 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ 20 ਦੇ ਕਰੀਬ ਬੱਚਿਆਂ ਨੂੰ ਖੇਤੀਬਾੜੀ ਵਿਭਾਗ ਮੋਗਾ 'ਚ ਨਿਯੁਕਤੀ ਪੱਤਰ ਦੇ ਕੇ ਨੌਕਰੀ ਦਿੱਤੀ ਗਈ ਹੈ। ਇਸ ਮੌਕੇ 'ਤੇ ਉਹਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ। ਜਿਹੜੇ ਦਿੱਲੀ ਦੇ ਬਾਰਡਰ 'ਤੇ ਜਿਹੜੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਧਰਨੇ ਲੱਗੇ ਸੀ ਉਹਦੇ ਵਿੱਚ ਸਾਡੇ ਪੰਜਾਬ ਦੇ 700 ਤੋਂ ਉੱਤੇ ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ ਸੀ ਅਤੇ ਉਹਨਾਂ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਵਾਰਸ ਆ ਉਹਨਾਂ ਨੂੰ ਨੌਕਰੀਆਂ ਦੇਣ ਦਾ ਜਿਹੜਾ ਸਿਲਸਿਲਾ ਜਿਵੇਂ ਚੱਲਿਆ 500 ਦੇ ਕਰੀਬ ਤਕਰੀਬਨ ਨੌਕਰੀਆਂ ਪਹਿਲਾਂ ਵੰਡੀਆਂ ਗਈਆਂ ਨੇ ਅਤੇ ਤਕਰੀਬਨ 200 ਦੀਆਂ ਨੌਕਰੀ ਜਿਹੜੀ ਹੈਗੀ ਆ ਉਹ ਹੁਣ ਵੰਡੀ ਜਾ ਰਹੀ ਹੈ। ਸਾਡੇ ਜਿਹੜਾ ਜ਼ਿਲ੍ਹਾ ਮੋਗਾ ਉਹਦੇ ਵਿੱਚ 32 ਜਿਹੜੇ ਵਾਰਸ ਨੇ ਜਿਹੜੇ 32 ਉਹ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਇਹ ਨੌਕਰੀਆਂ ਵੰਡੀਆਂ ਗਈਆਂ ਨੇ। ਖੇਤੀਬਾੜੀ ਵਿਭਾਗ ਦੇ ਵਿੱਚ ਸੇਵਾਦਾਰ ਦੀ ਜਿਹੜੀ ਨੌਕਰੀ ਆ ਅਤੇ ਉਹ ਦਿੱਤੀਆਂ ਗਈਆਂ ਨੇ। ਮੈਂ ਧੰਨਵਾਦੀ ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਕਿ ਇਹਦੇ ਇਹਨਾਂ ਵਿਚਾਰੇ ਜਿਹੜੇ ਜਿਵੇਂ ਕਹਿੰਦੇ ਨਾ ਇੱਕ ਆਮ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਉਹ ਤਪਦੇ ਕਰਕੇ, ਕਿਉਂਕਿ ਜਦੋਂ ਘਰ ਦਾ ਜਿਹੜਾ ਮੋਢੀ ਬੰਦਾ ਇੱਕ ਤੁਰ ਜਾਵੇ ਤਾਂ ਉਹ ਘਰ ਜਿਹੜੇ ਹੈਗੇ ਆ ਉਹ ਖਾਲੀ ਹੋ ਜਾਂਦੇ ਨੇ। ਉਹਨਾਂ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ। ਮੈਂ ਉਹ ਨੌਜਵਾਨਾਂ ਨੂੰ ਮਿਲਿਆ, ਮੈਂ ਬੱਚਿਆਂ ਨੂੰ ਵੀ ਮਿਲਿਆ, ਉਹਨਾਂ ਘਰਾਂ ਦੇ ਵਿੱਚ ਕੋਈ ਹੋਰ ਕਮਾਈ ਦਾ ਸਾਧਨ ਰਹਿ ਨਹੀਂ ਗਿਆ ਸੀ। ਸੋ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਨੇ ਕਿ ਐਡਾ ਵੱਡਾ ਜਿਹੜਾ ਇਹ ਉਪਰਾਲਾ ਕੀਤਾ। ਨੀਮ ਪਹਾੜੀ ਕੰਢੇ ਰਹਿੰਦੇ ਸੈਂਕੜੇ ਲੋਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 15 ਅਗਸਤ ਨੂੰ ਮਰਨ ਵਰਤ ਦੀ ਚੇਤਾਵਨੀ ਦਿੱਤੀ ਹੈ। ਦਰਅਸਲ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਬਲਾਕ ਭੂੰਗਾ ਦਾ ਪਿੰਡ ਢੋਲਵਾਹਾ ਤਪਾ ਕੋਟ ਥੇ ਅਤੇ ਹੋਰ ਕਈ ਪਿੰਡਾਂ ਦੇ ਲੋਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਨੇ। ਜਿਸ ਸੰਬੰਧੀ ਜਾਣਕਾਰੀ ਦਿੰਦੇ ਸਥਾਨਕ ਵਸਨੀਕਾਂ ਨੇ ਕਿਹਾ ਕਿ ਸੜਕ ਨੂੰ ਟੁੱਟੀ ਨੂੰ ਕਈ ਸਾਲ ਹੋ ਗਏ ਨੇ ਪਰ ਕਿਸੇ ਦਾ ਇਸ ਪਾਸੇ ਵੱਲ ਧਿਆਨ ਨਹੀਂ ਗਿਆ, ਜਿਸ ਕਾਰਨ ਆਮ ਲੋਕਾਂ ਦੇ ਨਾਲ ਸਕੂਲੀ ਬੱਚਿਆਂ ਨੂੰ ਹੁਸ਼ਿਆਰਪੁਰ ਪਹੁੰਚਣ ਲਈ ਢੋਲਵਾਹਾ ਤੋਂ ਪਹਾੜੀ ਕੱਚੇ ਅਤੇ ਜੰਗਲੀ ਰਸਤੇ ਅਤੇ ਪਾਣੀ ਥਾਈ ਹੋ ਕੇ ਲੰਘਣਾ ਪੈਂਦਾ। ਇਸ ਲਈ ਉਹਨਾਂ ਦੀ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।